ਕੀ ਹੋ ਗਿਆ? ਹੁਣ ਕੀ ਕੀਤਾ ਇਹਨੇ? ਨਾ ਕਰਨਾ ਕੀ ਸੀ? ਅੱਜ ਫੇਰ ਕਿਸੇ ਨਾਲ ਲੜ ਕੇ ਆਇਆ, ਮੈਨੂੰ ਤਾਂ ਸਮਝ ਨਹੀਂ ਆਂਦੀ ਕੀ ਕਰਾਂ ਮੈਂ ਤਾਂ। ਮੇਰੇ ਤੋਂ ਗਲਤੀ ਹੋਗੀ, ਮੈਂ ਅੱਗੋਂ ਦੀ ਨਹੀਂ ਕਰਦਾ। ਨਾਲੇ ਉਸ ਦਿਨ ਐਡਾ ਵੱਡਾ ਸਿਆਪਾ ਹੋ ਕੇ ਹਟਿਆ, ਤੁਹਾਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ ਭੈਣ ਜੀ, ਉਸ ਦਿਨ ਸੁੱਖੇ ਤੇ ਗੋਲੀ ਵੱਜਦੀ ਵੱਜਦੀ ਰਹਿ ਗਈ। ਸਿੱਬੋ, ਇਹਨੂੰ ਕਿਸੇ ਚੱਜ ਦੇ ਸਕੂਲ ਚ ਪਾ, ਇਸ ਸਰਕਾਰੀ ਸਕੂਲਾਂ ਚ ਜਵਾਕ ਵਿਗੜਦੇ ਹੀ ਹੈ। ਇਹਦੇ ਵਿੱਚ ਸਕੂਲ ਦਾ ਕੋਈ ਦੋਸ਼ ਨਹੀਂ ਭੈਣ ਜੀ, ਇਹ ਸਾਰਾ ਸਿਆਪਾ ਤਾਂ ਇਹ ਫੋਨਾਂ ਦਾ ਪਾਇਆ ਹੋਇਆ। ਸਾਰਾ ਦਿਨ ਯੂਟਿਊਬ ਤੇ ਪਤਾ ਨਹੀਂ ਕਿਹੜੀਆਂ ਲੜਾਈ ਝਗੜੇ ਵਾਲੀਆਂ ਵੀਡੀਓ ਦੇਖ ਦੇਖ ਕੇ ਇਹਦਾ ਦਿਮਾਗ ਖਰਾਬ ਹੋ ਜਾਂਦਾ। ਵੇ ਖੜ ਜਾ ਪਤੰਦਰਾ, ਤੈਨੂੰ ਮੈਂ ਦੱਸਦੀ ਆ, ਆ ਲੜ ਦੇ ਤੇਰੇ ਪਿਓ ਨੂੰ। ਵੇ ਖੜ ਜਾ, ਖੜ ਜਾ। ਜਗਦੀਪ ਕੌਰ ਜ਼ਿੰਦਾਬਾਦ। ਸਤਿ ਸ਼੍ਰੀ ਅਕਾਲ ਬਾਬਾ ਜੀ। ਆ ਲੋ ਆਪਣੀ ਕੀਮਤੀ ਵੋਟ ਜਗਦੀਪ ਕੌਰ ਨੂੰ ਪਾਣਾ ਹੈ ਤੇ ਜਿਤਾਉਣਾ ਹੈ। ਜਗਦੀਪ ਕੌਰ ਜ਼ਿੰਦਾਬਾਦ, ਜਗਦੀਪ ਕੌਰ ਜ਼ਿੰਦਾਬਾਦ, ਜਗਦੀਪ ਕੌਰ। ਉਹ ਕਾਕਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੀ ਸੋਚਦੇ ਹੋ ਕਿ ਪਿੰਡ ਦੀ ਆਉਣ ਵਾਲੀ ਸਰਪੰਚ ਪਿੰਡ ਲਈ ਕੀ ਕਰੇ? ਉਹ ਜੀ ਮੇਰੇ ਹਿਸਾਬ ਨਾਲ ਤਾਂ ਜੀ ਪਿੰਡ 'ਚ ਇੱਕ ਵਧੀਆ ਜਿਹਾ ਸਲੂਨ ਹੋਣਾ ਚਾਹੀਦਾ। ਸਲੂਨ? ਹਾਂਜੀ। ਅੱਛਾ ਅੱਛਾ, ਮਤਲਬ ਨਾਈ ਦੀ ਦੁਕਾਨ ਹੈ? ਹਾਂਜੀ ਹਾਂਜੀ। ਨਾਈ ਦੀ ਦੁਕਾਨ ਖੋਲਣਾ ਵੀ ਸਰਪੰਚ ਦਾ ਕੰਮ ਹੈ? ਕਾਕਾ ਜੀ ਤੁਸੀਂ ਫਿਕਰ ਨਾ ਕਰੋ, ਆਪਣਾ ਕੀਮਤੀ ਵੋਟ ਪਿੰਡ ਦੀ ਆਉਣ ਵਾਲੀ ਸਰਪੰਚ ਜਗਦੀਪ ਕੌਰ ਨੂੰ ਪਾਓ ਤੇ ਸਰਪੰਚ ਬਣਾਓ, ਫਿਰ ਨਾਈ ਦੀ ਦੁਕਾਨ ਵੀ ਖੋਲ ਦੇਵਾਂਗੇ, ਤੁਹਾਡੇ ਨਵੇਂ ਨਵੇਂ ਹੇਅਰ ਸਟਾਈਲ ਵੀ ਬਣ ਜਾਣਗੇ ਜੈਜੀ ਬੀ ਵਰਗੇ। ਪਰ ਜੀ ਮੇਰੀ ਤਾਂ ਵੋਟ ਹੀ ਨਹੀਂ ਬਣੀ ਜੀ। ਵੋਟ ਨਹੀਂ ਬਣੀ? ਪੜਾ ਪਰਚਾ, ਫਿਰ ਤੇਰੇ ਬਾਲ ਏਦਾਂ ਹੀ ਰਹਿਣੇ ਕਾਕੇ, ਭਾਲਦਾ ਜੈਜੀ ਬੀ ਦੇ ਹੇਅਰ ਸਟਾਈਲ। ਤੁਸੀਂ ਵੀ ਨਾ ਹਰ ਕਿਸੇ ਨੂੰ ਪਰਚਾ ਫੜਾ ਦਿੰਦੇ, ਬੰਦੇ ਦੇ ਮੱਥੇ ਤੇ ਲਿਖਿਆ ਹੁੰਦਾ ਕਿਹਦੀ ਵੋਟ ਹੈ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ। ਆ ਲੋ ਪਰਚਾ, ਤੁਹਾਡੀ ਵੋਟ ਬਣੀ ਹੈ? ਨਾ ਪੁੱਤ, ਮੈਂ ਤਾਂ ਹਲੇ ਨਾਬਾਲਗ ਹਾਂ। ਕੀ ਹਾਲ ਆ ਮਾਸਟਰ ਜੀ? ਉਹ ਭਰਾਵਾ ਜਿਵੇਂ ਸਵੇਰੇ ਸੀ ਉਵੇਂ ਹੀ ਹੋਣਾ। ਕੋਈ ਨਾ ਮਾਸਟਰ ਜੀ, ਤਾਜ਼ਾ ਦੁੱਧ ਪਿਆਉਂਦਾ ਤੁਹਾਨੂੰ, ਫਿਰ ਦੱਸਿਓ ਫਰਕ ਪੈਂਦਾ ਕਿ ਨਹੀਂ। ਤੁਸੀਂ ਬੈਠੋ। ਠੀਕ ਹੈ। ਆ ਕੀ ਹੈ? ਨੋਮੀਨੇਸ਼ਨ ਫਾਰਮ। ਪੱਕਾ? ਹਾਂਜੀ। ਇੰਨੀ ਛੇਤੀ ਮਨ ਕਿੱਦਾਂ ਬਦਲ ਗਿਆ ਤੇਰਾ? ਬਸ ਬਦਲ ਗਿਆ। ਅਸਲ 'ਚ ਮੈਨੂੰ ਸਿੱਬੋ ਮਿਲ ਗਈ ਸੀ, ਸੋਨੂੰ ਨੂੰ ਕੁੱਟਦੇ ਹੋਏ ਲੈ ਕੇ ਜਾ ਰਹੀ ਸੀ। ਉਹਨੇ ਕੀ ਕਰਤਾ ਹੁਣ? ਉਹੀ ਲੜਾਈ ਝਗੜਾ। ਫਿਰ? ਫਿਰ ਕੀ, ਮੈਂ ਉਹਨੂੰ ਸੁਭਾਵਿਕ ਹੀ ਕਹਿਤਾ ਸੋਨੂੰ ਨੂੰ ਕਿਸੇ ਚੱਜ ਦੇ ਸਕੂਲ 'ਚ ਪਾ ਦੇ, ਨਹੀਂ ਤਾਂ ਉਹਨੇ ਇਹ ਵੀ ਵਿਗੜੀ ਜਾਣਾ। ਪਤਾ ਸਿੱਬੋ ਨੇ ਕੀ ਕਿਹਾ? ਕੀ? ਕਹਿੰਦੀ ਉਹਦੇ ਵਿਗੜਨ ਦਾ ਕਾਰਨ ਇਹ ਮੋਬਾਈਲ ਫੋਨਸ ਤੇ ਵੀਡੀਓਜ਼ ਨੇ। ਕਿੰਨੀ ਅਜੀਬ ਜੀ ਗੱਲ ਹੈ ਨਾ, ਆਪਾਂ ਆਪਣੀ ਗਲਤੀਆਂ ਦਾ ਜ਼ਿੰਮਾ ਦੂਜਿਆਂ 'ਤੇ ਪਾ ਦਿੰਦੇ ਹਾਂ। ਮੈਂ ਵੀ ਪੜ੍ਹੀ ਲਿਖੀ ਹਾਂ, ਮੈਂ ਸੋਚਦੀ ਹਾਂ ਕਿ ਸਕੂਲ ਵਾਲੇ ਮੇਰੇ ਬੱਚਿਆਂ ਨੂੰ ਪੜ੍ਹਾਉਣ, ਮੈਂ ਵੀ ਤਾਂ ਪੜ੍ਹਾ ਸਕਦੀ ਹਾਂ। ਤੁਸੀਂ ਸਹੀ ਕਹਿੰਦੇ ਸੀ, ਸੀਰਤ ਨੂੰ ਅੰਗਰੇਜ਼ੀ ਸਕੂਲ 'ਚ ਪਾਉਣ ਦੀ ਬਜਾਏ ਸਾਨੂੰ ਉਹਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਉਣਾ ਚਾਹੀਦਾ। ਆ ਲਓ ਮਾਸਟਰ ਜੀ, ਤਾਜ਼ਾ ਤਾਜ਼ਾ ਦੁੱਧ। ਆ ਛੱਡੋ, ਤੇਰੇ ਮਾਸਟਰ ਸਾਹਿਬ ਹੁਣ ਸਰਪੰਚ ਬਣਨ ਲੱਗੇ ਹੈ। ਸੱਚੀ ਮਾਸਟਰ ਜੀ, ਇਹ ਤਾਂ ਕਮਾਲੀ ਹੋ ਗਈ, ਹੁਣ ਮਾਸਟਰ ਜੀ ਦੀ ਥਾਂ 'ਤੇ ਸਰਪੰਚ ਸਾਹਿਬ ਕਹਿਣ ਦੀ ਆਦਤ ਪਾਉਣੀ ਪੈਣੀ ਹੈ। ਉਹ ਭਰਾਵਾ ਹਾਲੇ ਤਾਂ ਇਲੈਕਸ਼ਨ 'ਚ ਖੜਾ ਹੋਣ ਲੱਗਿਆ, ਜਿੱਤਣਾ ਬੜੀ ਦੂਰ ਦੀ ਗੱਲ ਹੈ। ਮਾਸਟਰ ਜੀ, ਪਹਿਲੀ ਵਾਰ ਵੋਟਾਂ 'ਚ ਐਸਾ ਬੰਦਾ ਖੜਾ ਹੋਣਾ ਜਿਹਨੂੰ ਵੋਟ ਪਾ ਕੇ ਬਹੁਤ ਖੁਸ਼ੀ ਹੋਣੀ ਹੈ। ਤੁਹਾਡਾ ਜਿੱਤਣਾ ਲਾਜ਼ਮੀ ਹੈ, ਮੈਂ ਗੁਰਦੁਆਰੇ ਜਾ ਕੇ ਅਨਾਊਂਸਮੈਂਟ ਕਰਾਇਆ ਵਾਂ। ਉਹ ਖੜ ਜਾ ਮੰਗਲ ਸਿਆਂ, ਪਹਿਲਾਂ ਆਪਾਂ ਨੋਮੀਨੇਸ਼ਨ ਫਾਰਮ ਤਾਂ ਭਰ ਲਈਏ। ਹਾਂ ਜੀ, ਪਹਿਲਾਂ ਭਰ ਲੈਂਦੇ।